प्रो पंजाब टीवी ते तुहाडा स्वागत है। मैं हाँ सिमरनजीत सिंह मोहाली दे सैक्टर 71 दे विच मौजूद हाँ। तो इत्थे बनवीर हुरां दा जिहड़ा अज विरोध होना सी बीजेपी आगू ने लगातार बीजेपी दा जिहड़ा विरोध हो रहा। मेरे नाल मोहाली दे डीएसपी मौजूद ने, बहुत बहुत स्वागत है जी पहला प्रो पंजाब टीवी। थैंक यू बहुत। लगातार जिहड़ा बीजेपी आगूआं दा विरोध हो रहा, अज भी विरोध होना सी, विरोध नूं देखदे उहनां वल्लों भी अपनी मीटिंग जिहड़ी है कैंसल कर दित्ती गई है। की लगदा किसान हुण इत्थे खड़े ने, की गलबात करन दा राह तैयार कीता जा रहा? नहीं अपना ब्रदर, कोई सानू इहो जिही इनफॉर्मेशन नहीं सी कि कोई उन्हों का बीजेपी का या कोई इहो जिही मीटिंग हैगी है। ये कोई मतलब इनफॉर्मेशन फ्लोट हो रही थी इहो जिही कि कोई, और असीं दस भी दिता किसान यूनियन ने कोई इहो जिहा प्रोग्राम नहीं हैगा, पर फिर भी किसान भी सारे आए ने इत्थे और बड़ा पीसफुल इन्होंने बड़े 5-7 मिनट अपना प्रोटेस्ट किया। किसान कह रहे हैं भी रोह नूं देखदे आ कैंसल कर दित्ती गई है मीटिंग। नहीं नहीं सानू वेखो, सानू कोई इनफॉर्मेशन नहीं सी ना, साडे कोई इंटैलीजेंस विंग नूं ना अदरवाइज कोई इनफॉर्मेशन नहीं सी और इहो जिहा प्रोग्राम नहीं हैगा। ਪਹਿਲਾਂ ਵੀ ਮੇਰੀ ਕਿਸਾਨ ਲੀਡਰਸ ਨਾਲ ਸਵੇਰੇ ਵੀ ਗੱਲ ਹੋਈ ਸੀਗੀ ਕਿ ਇੱਕ ਰੋਂਗ ਇਨਫੋਰਮੇਸ਼ਨ ਫਲੋਟ ਹੋ ਰਹੀ ਹੈ ਔਰ ਇਹੋ ਜਿਹੀ ਕੋਈ ਗੱਲ ਨਹੀਂ ਸੀ। ਕੀ ਗੱਲਬਾਤ ਹੋਈ ਹੁਣ ਕਿਸਾਨਾਂ ਦੇ ਨਾਲ? ਨਹੀਂ ਕਿਸਾਨ ਨੂੰ ਦੱਸ, ਕਿਸਾਨ ਯੂਨੀਅਨ ਸਾਡੇ ਸਾਰੇ ਮਤਲਬ ਸਾਡਾ ਤਾਲਮੇਲ ਹੈਗਾ ਕਿਸਾਨ ਯੂਨੀਅਨ ਨਾਲ ਔਰ ਇਹਦੇ ਵਿੱਚ ਅਸੀਂ ਦੱਸਿਆ ਹੋਇਆ ਕਿ ਕੋਈ ਇਹੋ ਜਿਹਾ ਪ੍ਰੋਗਰਾਮ ਨਹੀਂ ਹੈ ਅਤੇ ਦੇ ਆਰ ਕਾਲਿੰਗ ਆਫ ਦੇਅਰ ਪ੍ਰੋਟੈਸਟ ਜੀ। ਹਾਂਜੀ, ਤਾਂ ਇਹ ਸੀਗੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਜੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਇਹਨਾਂ ਦਾ ਕਹਿਣਾ ਹੈ ਕਿ ਕੋਈ ਮੀਟਿੰਗ ਇੱਦਾਂ ਦੀ ਰੱਖੀ ਨਹੀਂ ਗਈ ਸੀਗੀ, ਸੋ ਕਿਸਾਨ ਜਿਹੜੇ ਆ ਪ੍ਰੋਟੈਸਟ ਕਰਨ ਆਏ ਨੇ, ਕਿਸਾਨ ਲੰਮੇ ਸਮੇਂ ਤੋਂ ਪ੍ਰੋਟੈਸਟ ਕਰ ਰਹੇ ਨੇ, ਸਾਡਾ ਇਹਨਾਂ ਦੇ ਨਾਲ ਤਾਲਮੇਲ ਆ ਸੀ। ਪਹਿਲਾਂ ਵੀ ਦੱਸਿਆ ਸੀ ਕਿ ਕੋਈ ਇੱਦਾਂ ਦੀ ਮੀਟਿੰਗ ਨਹੀਂ ਆ ਅਤੇ ਨਾ ਹੀ ਉਹ ਮੀਟਿੰਗ ਜਿਹੜੀ ਆ ਕੈਂਸਲ ਹੋਈ ਆ। ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਆ ਕਿਸਾਨ ਇੱਥੇ ਪ੍ਰੋਟੈਸਟ ਕਰ ਰਹੇ ਨੇ ਵੱਡੀ ਤਾਦਾਦ ਦੇ ਵਿੱਚ। ਇੱਥੇ ਕਿਸਾਨ ਵੀਰ ਜਿਹੜੇ ਆ ਉਹ ਪਹੁੰਚੇ ਹੋਏ ਆ, ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ। ਸੈਕਟਰ 71 ਦੀ ਜਿਹੜੀ ਇਹ ਮਾਰਕੀਟ ਆ, ਵੱਡੀ ਤਾਦਾਦ ਦੇ ਵਿੱਚ ਨੌਜਵਾਨ ਬਜ਼ੁਰਗ ਬੱਚੇ ਜਿਹੜੇ ਆ ਇੱਥੇ ਮੌਜੂਦ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਪ੍ਰੋ ਪੰਜਾਬ ਟੀਵੀ 'ਤੇ। ਹਾਂਜੀ, ਤਾਂ ਲਗਾਤਾਰ ਜਿਹੜਾ ਆ ਕਿਸਾਨ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ, 6 ਮਹੀਨੇ ਦਿੱਲੀ ਬੈਠਿਆਂ ਨੂੰ ਹੋ ਗਏ, ਇੱਥੇ ਵੀ ਹੁਣ ਬੀਜੇਪੀ ਆਗੂਆਂ ਦਾ ਘਰਾਓ ਹੋ ਰਿਹਾ। ਸਰਕਾਰ ਜਿਹੜੀ ਕਹਿ ਰਹੀ ਹੈ ਕਿ ਅਸੀਂ ਜਿਹੜਾ ਪਿੱਛੇ ਅਮੈਂਡਮੈਂਟਸ ਦੇ ਲਈ ਮੰਨ ਰਹੀ ਹੈ ਸਰਕਾਰ, ਪਰ ਸੋਧਾਂ ਦੇ ਲਈ ਮੰਨ ਰਹੀ ਹੈ, ਜੇ ਗੱਲ ਕਰੀਏ ਰਪੀਲ ਦੇ ਲਈ ਨਹੀਂ ਮੰਨ ਰਹੀ। ਕੀ ਲੱਗਦਾ ਹੁਣ ਘਰਾਓ ਵੀ ਹੋਣ ਲੱਗ ਪਏ, ਹੁਣ ਕੋਈ ਰਾਹ ਤਿਆਰ ਹੋ ਸਕਦਾ? ਦੇਖੋ ਘਰਾਓ ਤਾਂ ਹਰ ਟਾਈਮ ਹੁੰਦਾ ਰਹਿਣਾ ਜਦ ਤੱਕ ਸਰਕਾਰ ਇਹ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ। ਰੀਅਪੀਲ ਦਾ ਯਾਨੀ ਕਿ ਰੱਦ ਕਰਨਾ ਹੀ ਇਹਦਾ ਬਣਦਾ ਸਿਸਟਮ, ਇਹਦੇ ਵਿੱਚ ਕੋਈ ਅਮੈਂਡਮੈਂਟ ਨਹੀਂ ਮੰਨੀ ਜਾਊਗੀ, ਕੋਈ ਕੁਛ ਨਹੀਂ ਮੰਨਿਆ ਜਾਊਗਾ। ਜਦ ਤੱਕ ਇਹ ਰੱਦ ਨਹੀਂ ਹੁੰਦੇ ਨਾ ਹੀ ਬਾਰਡਰ ਛੱਡਣੇ ਆ ਦਿੱਲੀ ਵਾਲੇ, ਠੀਕ ਹੈ ਜੀ। ਅਤੇ ਜਿਹੜਾ ਅਸੀਂ ਇੱਥੇ ਹੁਣ ਪੰਜਾਬ ਦੇ ਵਿੱਚ ਜੇ ਇਹ ਕਹਿੰਦੇ ਪਏ, ਅਸੀਂ ਕਹਿੰਦੇ ਪਏ ਅਸੀਂ ਬੀਜੇਪੀ ਦੀ ਸਰਕਾਰ ਲੈ ਕੇ ਆਵਾਂਗੇ, ਅਸੀਂ ਵੀ ਕਹਿੰਦੇ ਤੁਸੀਂ ਲਾ ਕੇ ਵਿਖਾ ਲਓ ਤੁਸੀਂ ਲੈ ਕੇ ਕਿਸ ਤਰ੍ਹਾਂ ਹੁੰਦੇ ਹੋ। ਇਹ ਕਹਿੰਦੇ ਵੀ ਅਸੀਂ ਆਪਣੇ ਨੂੰ ਆਪਣੇ EVM 'ਤੇ ਹੰਕਾਰ ਆ ਵੀ ਅਸੀਂ ਜਦ ਤੱਕ EVM ਸਾਡੇ ਹੱਥ 'ਚ ਹੈਗੀ ਆ। ਇਹਨਾਂ ਦੇ ਬੀਜੇਪੀ ਦੇ ਲੀਡਰਾਂ ਦੇ ਆਪਦੇ ਬਿਆਨ ਨੇ ਵੀ ਜਦ ਤੱਕ EVM ਹੈਗੀ ਆ ਅਤੇ ਸਰਕਾਰ ਸਾਡੀ ਆਉਂਦੀ ਰਹਿਣੀ ਆ। ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਬਾਈਕਾਟ EVM ਦਾ ਵੀ ਕਰਾਂਗੇ, ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਸ਼ਹਿਰਾਂ ਜਾ ਕੇ ਕਹਾਂਗੇ ਕਿ ਹਾਂ ਕਿ ਅਸੀਂ ਵੋਟ ਪਾਉਣ ਆਉਣਾ ਹੀ ਨਹੀਂ ਜਦ ਤੱਕ ਤੁਸੀਂ EVM ਨੂੰ ਖਤਮ ਨਹੀਂ ਕਰਦੇ, ਜਦ ਤੱਕ ਬੈਲਟ ਪੇਪਰ ਦਾ ਸਿਸਟਮ ਨਹੀਂ ਬਣਦਾ ਤਦ ਤੱਕ ਅਸੀਂ ਬਾਈਕਾਟ ਕਰਾਂਗੇ। ਤਾਂ EVM ਦੇ ਬਾਈਕਾਟ ਦੀ ਗੱਲ ਵੀ ਜਿਹੜੀ ਆ ਆਖੀ ਜਾ ਰਹੀ ਆ, ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਵੱਡੀ ਤਾਦਾਦ ਦੇ ਵਿੱਚ ਜਿਹੜਾ ਆ ਕਿਸਾਨ ਆਗੂ ਕਿਸਾਨ ਵਰਕਰ ਜਿਹੜੇ ਆ ਕਿਸਾਨ ਪੰਜਾਬ ਦੇ ਪਹੁੰਚੇ ਹੋਏ ਨੇ ਬੀਜੇਪੀ ਵਰਕਰਸ ਦਾ, ਬੀਜੇਪੀ ਆਗੂਆਂ ਦਾ ਵਿਰੋਧ ਕਰਨ ਲਈ ਮੇਰੇ ਨਾਲ ਬਾਈ ਗੁਰਪ੍ਰੀਤ ਸਿੰਘ ਮੌਜੂਦ ਨੇ। ਬਾਈ ਜੇ ਗੱਲ ਕਰੀਏ ਅੱਜ ਜਿਹੜਾ ਆ ਵਿਰੋਧ, ਜਿਹੜਾ ਵਿਰੋਧ ਦੇ ਰੂਪ ਵਿੱਚ ਤੁਸੀਂ ਇੱਥੇ ਆਏ ਹੋ, ਬਨਵੀਰ ਹੋਰਾਂ ਦਾ ਜਿਹੜਾ ਅੱਜ ਘਰਾਓ ਕੀਤਾ ਜਾਣਾ ਸੀ, ਪਰ DSP ਸਾਹਿਬ ਨਾਲ ਮੇਰੀ ਗੱਲਬਾਤ ਹੋਈ ਹੈ, ਉਹ ਕਹਿੰਦੇ ਇੱਦਾਂ ਦੀ ਕੋਈ ਮੀਟਿੰਗ ਹੀ ਨਹੀਂ ਰੱਖੀ ਗਈ ਸੀਗੀ, ਕੀ ਕਹੋਗੇ? ਬਿਲਕੁਲ, ਸਾਨੂੰ ਕੱਲ੍ਹ ਮੈਸੇਜ ਮਿਲਿਆ ਸੀਗਾ ਵੀ ਐਵੇਂ ਕਰਕੇ ਜਿਹੜਾ ਬੀਜੇਪੀ ਦਾ ਲੀਡਰ ਹੈਗਾ, ਇਹ RSS ਦਾ ਵੀ ਮੈਂਬਰ ਹੈਗੇ ਹੈ, ਵੀ ਇਹਨਾਂ ਨੇ ਮੋਹਾਲੀ ਦੇ ਵਿੱਚ ਇੱਥੇ ਟਿਊਲਿਪ ਆ ਜਿਹੜਾ ਹੋਟਲ ਹੈਗਾ ਨਾਲੇ, ਇੱਥੇ ਇਹਨਾਂ ਨੇ ਮਤਲਬ ਮੀਟਿੰਗ ਕਰਨ ਵਾਸਤੇ ਆਉਣਾ ਹੈ। ਅਤੇ ਜਿਵੇਂ ਸਾਨੂੰ ਮੈਸੇਜ ਮਿਲਿਆ, ਅਸੀਂ ਨਾਲ ਦੀ ਨਾਲ ਅੱਜ ਸਵੇਰੇ ਹੀ ਕਾਲ ਸਾਰੇ ਬੰਦਿਆਂ ਨੂੰ ਲਾਈ ਸੀਗੀ, ਮੈਸੇਜ ਲਾਏ ਸੀਗੇ, ਤਾਂ ਉਦੋਂ ਨਾਲ ਦੀ ਨਾਲ ਅਸੀਂ ਇੱਥੇ ਪਹੁੰਚੇ ਹਾਂ। ਅਤੇ ਹੁਣ ਇਹਨਾਂ ਨੇ ਕੀ ਸ਼ਾਇਦ ਉਹਨਾਂ ਨੂੰ ਵੀ ਮੈਸੇਜ ਮਿਲ ਗਿਆ ਹੋਣਾ ਵੀ ਇੱਥੇ ਮੁੰਡੇ ਐਕਟਿਵ ਹੈਗੇ ਆ ਸਾਰੇ, ਨਾਲ ਦੀ ਨਾਲ ਇੱਥੇ ਇਕੱਠੇ ਹੋ ਗਏ, ਇਕੱਠ ਦਾ ਪਤਾ ਲੱਗ ਗਿਆ, ਅਤੇ ਉਹ ਡਰਦੇ ਮਾਰੇ ਉਹਨੇ ਆਪਣਾ ਪਲਾਨ ਚੇਂਜ ਕਰ ਲਿਆ ਹੈਗਾ। ਅਤੇ ਅਸੀਂ ਅੱਗੇ ਤੋਂ ਕੋਈ ਵੀ ਜਿਵੇਂ ਕਾਲ ਹੁੰਦੀ ਹੈ ਅੱਗੇ ਨੂੰ ਕਦੇ, DSP ਕਹਿ ਰਹੇ ਨੇ, DSP ਸੰਧੂ ਕਹਿ ਰਹੇ ਨੇ ਕਿ ਮੀਟਿੰਗ ਰੱਖੀ ਹੋਈ ਨਹੀਂ ਗਈ ਸੀਗੀ, ਕਹਿੰਦੇ ਫਿਰ ਚੇਂਜ ਕਿਵੇਂ ਹੋ ਸਕਦੀ ਹੈ, ਸਾਨੂੰ ਤਾਂ ਕੋਈ ਇਨਫੋਰਮੇਸ਼ਨ ਮਿਲੀ ਨਹੀਂ ਗੀ। ਬਾਈ ਜੀ, ਅੰਦਰ ਅਸੀਂ ਪਹਿਲਾਂ ਆ ਕੇ ਆ ਨਾਲ ਟਿਊਲਿਪ ਹੋਟਲ ਹੈਗਾ, ਇੱਥੇ ਆ ਕੇ ਅਸੀਂ ਪਹਿਲਾਂ ਪਤਾ ਕਰ ਚੁੱਕੇ ਹਾਂ, ਅਤੇ ਅਸੀਂ ਉਹਨਾਂ ਨੂੰ ਪੁੱਛਿਆ ਸੀਗਾ ਵੀ ਐਵੇਂ ਕੋਈ ਮੀਟਿੰਗ ਹੈਗੀ, ਉਹ ਕਹਿੰਦੇ ਮੀਟਿੰਗ ਹੈ ਸੀ ਪਰ ਉਹਨਾਂ ਨੂੰ ਪਤਾ ਲੱਗਿਆ ਇਸ ਗੱਲ ਦੇ ਬਾਰੇ, ਉਹਨੇ ਕਹਿਤਾ ਵੀ ਤੁਸੀਂ 2 ਜਾਂ 3 ਦਿਨ ਬਾਅਦ ਦੁਬਾਰੇ ਮੀਟਿੰਗ ਰੱਖ ਸਕਦੇ ਹੋ, ਪਰ ਹੁਣ ਦੁਬਾਰੇ ਜਦੋਂ ਵੀ ਕੋਈ ਐਵੇਂ ਦੀ ਮੀਟਿੰਗ ਰੱਖੂਗੇ, ਮਤਲਬ ਵਿਰੋਧ ਤੋਂ ਡਰਦੇ ਆ ਵੀ ਮੀਟਿੰਗ ਜਿਹੜੀ ਆ ਰੱਦ ਕਰ ਦਿੱਤੀ ਗਈ? ਬਿਲਕੁਲ, ਅੱਗੇ ਕਦੇ ਵੀ ਜਦੋਂ ਵੀ ਕੋਈ ਆਹ ਮੀਟਿੰਗ ਰੱਖੂਗੇ ਜਾਂ ਇੱਥੇ ਆਣਗੇ, ਅਸੀਂ ਨਾ ਸਖਤ ਵਿਰੋਧ ਕਰਾਂਗੇ ਅਤੇ ਇਹਨੂੰ ਮੋਹਾਲੀ ਸ਼ਹਿਰ ਵਿੱਚ ਅਸੀਂ ਐਂਟਰ ਨਹੀਂ ਹੋਣ ਦਿੱਤਾ ਜਾਊਗਾ।
ਸਾਡਾ ਇਹ ਵਿਰੋਧ ਐਵੇਂ ਹੀ ਰਹੂਗਾ ਜਦੋਂ ਤੱਕ ਸਾਡੇ ਜਿਹੜੇ ਆਹ ਬਿੱਲ ਹੈਗੇ ਰੱਦ ਨਹੀਂ ਹੁੰਦੇ ਸਾਡੇ ਫੈਸਲੇ ਨਹੀਂ ਹੁੰਦੇ ਅਸੀਂ ਐਵੇਂ ਵਿਰੋਧ ਕਰਦੇ ਰਹਾਂਗੇ। ਲੰਮੇ ਸਮੇਂ ਤੋਂ ਦਿੱਲੀ ਦੇ ਵਿੱਚ ਕਿਸਾਨ ਬੈਠੇ ਨੇ ਪਹਿਲਾਂ ਪੰਜਾਬ ਬੈਠੇ ਸੀ ਹੁਣ ਬੀਜੇਪੀ ਆਗੂਆਂ ਦਾ ਵੀ ਘਰਾਓ ਹੁੰਦਾ ਜਾ ਰਿਹਾ। ਬੀਜੇਪੀ ਆਗੂ ਕਹਿੰਦੇ ਨੇ ਅਸੀਂ ਆਪਦੀ ਜਿਹੜੀ ਆ ਹਲਕੇ ਤੱਕ ਸੀਮਤ ਹਾਂ ਅਸੀਂ ਤਾਂ ਕੇਂਦਰ ਦੀ ਗੱਲ ਅਸੀਂ ਕਿਵੇਂ ਪੈ ਸਕਦੇ ਹਾਂ ਕੇਂਦਰ ਦੀ ਗੱਲ 'ਚ ਇੱਥੋਂ ਤੱਕ ਉਹ ਕਹਿ ਰਹੇ ਨੇ ਪੀਲੀ ਬੰਗਾ ਤੋਂ ਧਰਮਿੰਦਰ ਹੋਰਾਂ ਦਾ ਵਿਰੋਧ ਹੁੰਦਾ ਧਰਮਿੰਦਰ ਮੋਚੀ ਦਾ ਰਾਜਸਥਾਨ ਦੀ ਗੱਲ ਕਰੀਏ ਅਰਨ ਨਾਰੰਗ ਦਾ ਪਿਛਲੇ ਦਿਨੀ ਬਹੁਤ ਸਖਤ ਵਿਰੋਧ ਹੁੰਦਾ ਕੀ ਲੱਗਦਾ ਇਹ ਤੋਂ ਕੋਈ ਹੁਣ ਸਰਕਾਰ ਨੂੰ ਰਾਹ ਤਿਆਰ ਕਰਨਾ ਚਾਹੀਦਾ ਗੱਲਬਾਤ ਦਾ ਜਾਂ ਸਰਕਾਰ ਨੂੰ ਚਾਹੀਦਾ ਵੀ ਹੁਣ ਗੱਲ ਸੁਣ ਲਈ ਜਾਵੇ। ਜਿਹੜੇ ਬੀਜੇਪੀ ਦੇ ਇਹ ਲੀਡਰ ਕਹਿੰਦੇ ਆ ਵੀ ਸਾਨੂੰ ਇਹ ਹੈ ਉਹ ਆਪਣਾ ਅਸਤੀਫਾ ਦੇ ਦੇਣ ਉਹ ਛੱਡ ਦੇਣ ਇਹ ਅਹੁਦੇ ਤੋਂ ਕਿਉਂਕਿ ਇਹਨਾਂ ਨੂੰ ਇਹ ਗੱਲ ਹੈਗੀ ਹੈ ਇਹਨਾਂ ਨੂੰ ਡਰ ਹੈ ਇਸ ਗੱਲ ਦਾ ਠੀਕ ਹੈ ਜੇ ਇਹਨਾਂ ਨੂੰ ਲੱਗਦਾ ਇਸ ਗੱਲ ਤੋਂ ਤਾਂ ਉਹ ਛੱਡ ਦੇਣ ਅਸਤੀਫਾ ਦੇਣ ਅਤੇ ਇਹ ਵਿਰੋਧ ਹੈ ਐਵੇਂ ਅਸੀਂ ਕਰਦੇ ਰਹਾਂਗੇ। ਹਾਂਜੀ ਤਾਂ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਅਭੇ ਚੌਟਾਲਾ ਦਾ ਵੀ ਵਿਰੋਧ ਹੋਇਆ ਸੀਗਾ ਸੋਰੀ ਦੁਸ਼ਯੰਤ ਚੌਟਾਲਾ ਦਾ ਵਿਰੋਧ ਹੋਇਆ ਸੀਗਾ ਤਾਂ ਇੱਕ ਜਿਹੜੀ ਆ ਭਾਜਪਾ ਦੀ ਇੱਕ ਆਗੂ ਆ ਮੇਰੇ ਸੋਨਾਲੀ ਉਹ ਲਾਈਵ ਹੋ ਕੇ ਕਹਿੰਦੇ ਨੇ ਕਿ ਕਿਸਾਨਾਂ ਨੇ ਉਹਨਾਂ ਦਾ ਕੀ ਉਖਾੜ ਲਿਆ। ਕੀ ਕਹੋਗੇ ਜਦੋਂ ਇੱਦਾਂ ਦੇ ਬਿਆਨਬਾਜ਼ੀਆਂ ਹੁੰਦੀਆਂ ਨੇ ਲਗਾਤਾਰ ਇੱਕ ਪਾਸੇ ਤਾਂ ਕਹਿ ਰਹੇ ਨੇ ਕਈ ਬੀਜੇਪੀ ਲੀਡਰ ਕਹਿੰਦੇ ਅਸੀਂ ਵੀ ਕਿਸਾਨ ਹਾਂ ਮੋਦੀ ਵੀ ਕਹਿੰਦੇ ਨੇ ਮੈਂ ਵੀ ਕਿਸਾਨ ਦਾ ਪੁੱਤਰ ਹਾਂ ਪਰ ਇਹ ਦੂਜੇ ਪਾਸੇ ਅਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਤਾਂ ਫਿਰ ਕੀ ਇਹ ਤੋਂ ਸਮਝਿਆ ਜਾਵੇ। ਵੈਸੇ ਇਹ ਕਹਿਣ ਨੂੰ ਆ ਜਾਂਦਾ ਵੀ ਮੋਦੀ ਕਹਿੰਦਾ ਮੈਂ ਕਿਸਾਨ ਹਾਂ ਜੇ ਉਹ ਕਿਸਾਨ ਹੁੰਦਾ ਤਾਂ ਉਹ ਤਾਂ ਅਸਲ 'ਚ ਇਹਨਾਂ ਦਾ ਨੌਕਰ ਹੈ ਠੀਕ ਹੈ ਆਪਣਾ ਇਹ ਅਡਾਨੀ ਬਾਨੀ ਦਾ ਹੈਗਾ ਉਹਨਾਂ ਨੇ ਕਿਸਾਨਾਂ ਦਾ ਕੋਈ ਨਾ ਤਾਂ ਉਹਨੂੰ ਕਿਸਾਨੀ ਬਾਰੇ ਪਤਾ ਹੈਗਾ ਜੇ ਕਿਸਾਨੀ ਬਾਰੇ ਪਤਾ ਹੁੰਦਾ ਤਾਂ ਉਹ ਸਮਝਦਾ ਇਹ ਬਿੱਲ ਰੱਦ ਕਰਦਾ ਹੈਗਾ। ਬਾਕੀ ਜਿਵੇਂ ਆਹ ਕਹਿੰਦਾ ਬੀਜੇਪੀ ਲੀਡਰ ਹੈ ਇਹ ਨਾ ਤਾਂ ਇਹਨਾਂ ਨੂੰ ਬੋਲਣ ਦੀ ਸੈਂਸ ਹੈਗੀ ਨਾ ਇਹਨਾਂ ਨੂੰ ਕਿਸੇ ਗੱਲ ਦੀ ਨੌਲੇਜ ਹੈਗੀ ਸਾਰੇ ਅਨਪੜ੍ਹ ਬੰਦੇ ਹੈਗੇ ਆ ਚੱਕ ਕੇ ਬਿਠਾਲੇ ਹੋਏ ਹੈ। ਹੁਣ ਆਪਣੇ ਇੱਕ ਤੁਸੀਂ ਮੰਨ ਕੇ ਚੱਲੋ ਵੀ ਜਿਵੇਂ ਇੱਕ IPS ਅਫਸਰ ਹੈ ਪੜ੍ਹ ਲਿਖ ਕੇ ਕੋਈ ਵੀ ਆਪਣੀ ਮਰਜ਼ੀ ਨਾਲ ਕੰਮ ਨਹੀਂ ਕਰ ਸਕਦਾ ਉਹਨਾਂ ਦੇ ਉੱਪਰ ਹੈਗੇ ਅਨਪੜ੍ਹ ਮੰਤਰੀ ਬਿਠਾਲੇ ਹੋਏ ਹੈਗੇ ਹੈ ਕੋਈ ਵੀ ਕੰਮ ਸਹੀ ਤਰੀਕੇ ਨਾਲ ਜੇ ਕਰਨਾ ਹੋਵੇ ਉਹਨਾਂ ਨੂੰ ਇਹ ਕਰ ਨਹੀਂ ਦਿੱਤਾ ਜਾਂਦਾ ਹੈਗਾ। ਇੱਥੇ ਬੜੀ ਤਾਨਾਸ਼ਾਹੀ ਹੈ ਅਤੇ ਬੀਜੇਪੀ ਦੀ ਜਿਹੜੀ ਤਾਨਾਸ਼ਾਹੀ ਹੈ ਜਦੋਂ ਤੱਕ ਇਹ ਅਸੀਂ EVM ਦਾ ਵਿਰੋਧ ਨਹੀਂ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਐਵੇਂ ਹੀ ਚੱਲਦਾ ਰਹੂਗਾ ਇਸ ਕਰਕੇ ਅਸੀਂ EVM ਦਾ ਵੀ ਵਿਰੋਧ ਕਰਾਂਗੇ ਤਾਂ ਕਿ ਅੱਗੇ ਤੋਂ ਇਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਵੀ ਸਾਡਾ ਜਿਹੜਾ ਬਹੁਮਤ ਹੈਗਾ ਇਹ ਹੁਣ ਇਹ ਨਸ਼ਟ ਹੋਣ ਵਾਲਾ ਹੈਗਾ ਹੈ। ਤਾਂ EVM ਦੇ ਵਿਰੋਧ ਦੀ ਵੀ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਲਗਾਤਾਰ ਤੁਸੀਂ ਦੇਖ ਸਕਦੇ ਹੋ ਸੈਕਟਰ 71 ਦੀਆਂ ਤਸਵੀਰਾਂ ਸੈਕਟਰ 71 ਦੇ ਵਿੱਚ ਖੜੇ ਆ ਮੋਹਾਲੀ ਦੇ ਵਿੱਚ ਤਾਂ ਇੱਥੇ ਅੱਜ ਜਿਹੜਾ ਆ ਬਨਵੀਰ ਹੋਰਾਂ ਦਾ ਵਿਰੋਧ ਕਰਨ ਦੇ ਲਈ ਬਨਵੀਰ ਭਾਜਪਾ ਆਗੂ ਨੇ ਉਹਨਾਂ ਦਾ ਵਿਰੋਧ ਕਰਨ ਦੇ ਲਈ ਉਹਨਾਂ ਦਾ ਘਿਰਾਓ ਕਰਨ ਦੇ ਲਈ ਕਿਸਾਨ ਇੱਥੇ ਇਕੱਤਰ ਹੋਏ ਸੀ ਪਰ ਉਹਨਾਂ ਵੱਲੋਂ ਜਿਹੜੀ ਆਪਣੀ ਮੀਟਿੰਗ ਆ ਉਹ ਰੱਦ ਕਰ ਦਿੱਤੀ ਗਈ ਹੈ। ਕੈਮਰਾਮੈਨ ਜੀਤ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਿਮਰਾ ਪ੍ਰੋ ਪੰਜਾਬ TV ਮੋਹਾਲੀ।